ਪ੍ਰਾਈਵੇਟ ਪਾਰਟ ਤੇ ਗੋਲੀ ਮਾਰ ਕੇ ਸ਼ਖਸ ਦਾ ਕੀਤਾ ਕਤਲ। ਵੱਡੇ ਭਰਾ ਨੇ ਹੀ ਛੋਟੇ ਭਰਾ ਦੇ ਮਾਰੀਆਂ ਗੋਲੀਆਂ। ਵੱਟ ਦੇ ਰੋਲੇ ਪਿੱਛੇ ਖੂਨ ਦੇ ਪਿਆਸੇ ਹੋਏ ਸਗੇ ਭਰਾ। ਭਰਜਾਈ ਨੇ ਵੀ ਦਿੱਤਾ ਆਪਣੇ ਪਤੀ ਦਾ ਸਾਥ। ਵੱਟ ਦੇ ਰੌਲੇ ਪਿੱਛੇ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਸ਼ਰੇਆਮ ਖੇਤਾਂ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਤਾਂ ਦੱਸਦੀਏ ਕਿ ਬੇਹੱਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਵੱਡੇ ਅਤੇ ਛੋਟੇ ਭਰਾ ਦੇ ਵਿਚਕਾਰ ਵੱਟ ਦਾ ਰੌਲਾ ਚੱਲ ਰਿਹਾ ਸੀ। ਕਈ ਵਾਰ ਪੰਚਾਇਤ ਦੇ ਵਿੱਚ ਵੀ ਬੈਠ ਕੇ ਫੈਸਲਾ ਹੋਇਆ, ਪਰ ਗੱਲਬਾਤ ਸਿਰੇ ਨਾ ਚੜ ਸਕੀ। ਤਾਂ ਇੱਕ ਦਿਨ ਮੁੜ ਤੋਂ ਵੱਡਾ ਭਰਾ ਅਤੇ ਉਸਦੀ ਪਤਨੀ ਦੋਵੇਂ ਖੇਤਾਂ ਦੇ ਵਿੱਚ ਮੁੜ ਤੋਂ ਵੱਟ ਬਣਾ ਰਹੇ ਸੀ ਤੇ ਇਸਦਾ ਪਤਾ ਛੋਟੇ ਭਰਾ ਨੂੰ ਲੱਗ ਜਾਂਦਾ। ਤਾਂ ਉਹ ਰਿਸ਼ਤੇਦਾਰਾਂ ਦੇ ਨਾਲ ਮੌਕੇ ਤੇ ਜਦੋਂ ਪਹੁੰਚਦਾ, ਪਹਿਲਾਂ ਤਾਂ ਵੱਡਾ ਭਰਾ ਕਹੀ ਦੇ ਨਾਲ ਹੀ ਉਸਦੇ ਉੱਤੇ ਹਮਲਾ ਕਰ ਦਿੰਦਾ ਤੇ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਉਸਦੀ ਭਰਜਾਈ ਹੈ, ਯਾਨੀ ਕਿ ਵੱਡੇ ਭਰਾ ਦੀ ਜੋ ਪਤਨੀ ਹੈ, ਉਹ ਖੁਦ ਗੱਡੀ ਦੇ ਵਿੱਚੋਂ ਤੀ ਰਿਵੋਲਵਰ ਕੱਢ ਕੇ ਲਿਆਉਂਦੀ ਹੈ ਅਤੇ ਆਪਣੇ ਪਤੀ ਨੂੰ ਪਕੜਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਨਿਬੇੜ ਤੋਂ ਰੋਜ਼ ਰੋਜ਼ ਦਾ ਹੀ ਕਲੇਸ਼। ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਜੋ ਉਸਦਾ ਪਤੀ ਹੈ, ਯਾਨੀ ਕਿ ਵੱਡਾ ਭਰਾ ਹੈ, ਜੋ ਉਸਦੇ ਵੱਲੋਂ ਪਹਿਲੀ ਗੋਲੀ ਜੋ ਛੋਟਾ ਭਰਾ ਹੈ ਉਸਦੇ ਲੱਤਾਂ 'ਚ ਮਾਰੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਗੋਲੀ ਉਸਦੇ ਪ੍ਰਾਈਵੇਟ ਪਾਰਟ ਦੇ ਵਿੱਚ ਵੀ ਲੱਗਦੀ ਹੈ, ਜਿਸ ਤੋਂ ਬਾਅਦ ਛੋਟੇ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਹਾਲਾਂਕਿ ਇਸ ਮਾਮਲੇ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਕਿਹਾ ਜਾ ਰਿਹਾ ਕਿ ਕਰੀਬ 3 ਘੰਟੇ ਦੇ ਅੰਦਰ ਹੀ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ। ਸਿੰਘ ਨਾਮ ਦੇ ਵਿਅਕਤੀ ਨੂੰ ਉਸਦੇ ਸਗੇ ਭਰਾ ਜਿਸ ਦਾ ਨਾਮ ਭਜਨ ਸਿੰਘ ਸੀਗੇ, ਜਿਸ ਦੀ ਉਮਰ ਤਕਰੀਬਨ 45 ਸਾਲ ਸੀਗੀ, ਉਸਦਾ ਉਸਦੇ ਸਗੇ ਭਰਾ ਨੇ ਆਪਣੇ ਲਾਇਸੈਂਸੀ ਵੈਪਨ ਦੇ ਨਾਲ ਮਰਡਰ ਕਰ ਦਿੱਤਾ ਸੀਗਾ। ਇਸ ਕੇਸ ਦੇ ਦਾ ਪਿਛੋਕੜ ਇਸ ਤਰੀਕੇ ਸੀਗਾ ਕਿ ਇਹ ਜਿਹੜੇ ਦੋ ਭਰਾ ਸੀਗੇ, ਇਹਨਾਂ ਦਾ ਜ਼ਮੀਨ ਦਾ ਇੱਕ ਵੱਟ ਨੂੰ ਲੈ ਕੇ ਰੌਲਾ ਸੀਗਾ ਅਤੇ ਇਹਨਾਂ ਦਾ ਇਹ ਡਿਸਪਿਊਟ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ। ਪਰ ਕੱਲ੍ਹ ਜਦੋਂ ਇਹ ਮੌਕੇ 'ਤੇ ਪਹੁੰਚੇ ਸੀਗੇ, ਦੋਨੋਂ ਭਰਾ ਕੁਲਦੀਪ ਸਿੰਘ ਜੋ ਕਿ ਇਸ ਕੇਸ ਦੇ ਵਿੱਚ ਐਕਸਕਿਊਜ਼ਡ ਹੈਗਾ, ਉਹ ਉੱਥੇ ਮੌਕੇ 'ਤੇ ਪਹੁੰਚਿਆ ਅਤੇ ਨਾਲ ਹੀ ਹਰਭਜਨ ਸਿੰਘ ਪਹੁੰਚਿਆ, ਨਾਲ ਉਹਨਾਂ ਦੇ ਕੁਛ ਰਿਸ਼ਤੇਦਾਰ ਸੀਗੇ ਜਿਹੜੇ ਉਹ ਵੀ ਮੌਕੇ 'ਤੇ ਪਹੁੰਚੇ। ਉਹਨਾਂ ਵੱਲੋਂ ਇਹਨਾਂ ਨਾਲ ਭਰਾਵਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਹੜੀ ਹੈ ਉੱਥੇ ਮੌਕੇ 'ਤੇ ਗੱਲਬਾਤ ਇਸ ਤਰੀਕੇ ਨਾਲ ਖਰਾਬ ਹੋਈ ਕਿ ਜਿਹੜਾ ਇਹਦੇ ਕੋਲ ਇਹਦੀ ਵਾਈਫ ਦੇ ਨਾਂ 'ਤੇ ਜਿਹੜਾ ਲਾਇਸੈਂਸੀ ਵੈਪਨ ਸੀਗਾ, ਇਹਨੇ ਉਹ ਲਾਇਸੈਂਸੀ ਵੈਪਨ ਇਹਦੀ ਵਾਈਫ ਨੇ ਜਸਵੀਰ ਕੌਰ ਨੇ ਕੁਲਦੀਪ ਸਿੰਘ ਨੂੰ ਫੜਾਇਆ ਅਤੇ ਕੁਲਦੀਪ ਸਿੰਘ ਨੇ ਇੱਕ ਘਾਤਕ ਹਮਲਾ ਉਹਦੇ 'ਤੇ ਕੀਤਾ। ਉਹਦੇ ਲੱਤ 'ਤੇ ਉਹਨੇ ਪਹਿਲਾਂ ਇੱਕ ਫਾਇਰ ਕੀਤਾ ਅਤੇ ਇਹ ਜਸਵੀਰ ਕੌਰ ਦੇ ਮੁਤਾਬਕ ਉਸਦੇ ਪ੍ਰਾਈਵੇਟ ਪਾਰਟਸ 'ਤੇ ਵੀ ਜਿਹੜਾ ਇੱਕ ਫਾਇਰ ਕੀਤਾ ਗਿਆ। ਇਸ ਤੋਂ ਬਾਅਦ ਉਸਨੂੰ ਸਿਵਲ ਹੋਸਪਿਟਲ ਅਮਲੋ ਲੈ ਕੇ ਗਏ, ਜਿੱਥੋਂ ਬਾਅਦ ਉਹਦੀ ਉੱਥੇ ਡੈਥ ਹੋ ਗਈ। ਮੈਂ ਇਹਦੇ 'ਚ ਖਾਸ ਤੌਰ 'ਤੇ ਦੱਸਣਾ ਚਾਹੂੰਗੀ ਕਿ ਸਾਡੀ ਜਿਹੜੀ ਪੁਲਿਸ ਦੀ ਟੀਮ ਹੈਗੀ ਹੈ, ਜਿਸ ਨੂੰ ਲੀਡ ਕਰ ਰਹੇ ਸੀ SP ਡੀ ਸਾਹਿਬ, DSP ਡੀ ਸਾਹਿਬ ਅਤੇ DSP ਅਮਲੋ ਸਾਹਿਬ ਸਮੇਤ ਜਿਹੜੀ ਥਾਣਾ ਅਮਲੋ ਦੀ ਪੁਲਿਸ ਪਾਰਟੀ, ਉਹਨਾਂ ਨੇ ਇਹਦੇ 'ਚ ਬਹੁਤ ਸੂਝਬੂਝ ਨਾਲ ਕੰਮ ਲਿੱਤਾ ਅਤੇ 4 ਘੰਟਿਆਂ ਦੇ ਵਿੱਚ ਜਿਹੜਾ ਇਸ ਕੇਸ ਦਾ ਪ੍ਰਾਈਮ ਐਕਸਕਿਊਜ਼ ਸੀਗਾ, ਉਹਨੂੰ ਅਰੈਸਟ ਕਰਕੇ ਉਹਨੂੰ ਕਸਟਡੀ 'ਚ ਲਿੱਤਾ। ਕਸਟਡੀ 'ਚ ਲੈਣ ਤੋਂ ਬਾਅਦ ਜਿਹੜਾ ਕਿ ਵਾਰਦਾਤ ਦੇ ਵਿੱਚ ਵੈਪਨ ਯੂਜ਼ ਹੋਇਆ ਸੀਗਾ, ਉਸ ਦੀ ਵੀ ਰਿਕਵਰੀ ਕੀਤੀ ਗਈ ਹੈ। ਮੈਂ ਦੱਸਣਾ ਚਾਹੂੰਗੀ ਕਿ ਇਹ ਜਿਹੜੀ ਜਸਵੀਰ ਕੌਰ ਹੈ, ਇਸਦੇ ਨਾਂ 'ਤੇ 2 ਵੈਪਨ ਸੀਗੇ, ਇਹ ਦੋਵੇਂ ਵੈਪਨਸ ਨੂੰ ਰਿਕਵਰ ਕੀਤਾ ਗਿਆ ਹੈ ਅਤੇ ਜਿਹੜੇ ਖਾਲੀ ਰਾਊਂਡ ਜਿਹੜੇ ਕਿ ਵਾਰਦਾਤ ਦੇ ਵਿੱਚ ਯੂਜ਼ ਕੀਤੇ ਗਏ ਸੀ 32 ਬੋਰ ਰਿਵੋਲਵਰ 'ਤੇ, ਉਸ ਨੂੰ ਵੀ ਰਿਕਵਰ ਕੀਤਾ ਗਿਆ।
ਤੇ ਨਾਲ ਜਿਹੜਾ ਦੂਜਾ ਵੈਪਨ ਜਿਹੜੇ ਦੂਜੇ ਰਾਊਂਡ ਸੀਗੇ ਉਹਨੂੰ ਵੀ ਰਿਕਵਰ ਕੀਤਾ ਗਿਆ। ਜਿਹੜੇ ਇਹ ਲਾਈਸੈਂਸੀ ਵੈਪਨ ਸੀਗੇ ਇਹ ਲਾਈਸੈਂਸ ਸੀਗੇ ਖੰਨੇ ਦੇ ਡਿਸਟ੍ਰਿਕਟ ਲੁਧਿਆਣੇ 'ਚ, ਅਤੇ ਮਾਨਯੋਗ ਡੀ ਸਾਹਿਬ ਲੁਧਿਆਣਾ ਨੂੰ ਇਹਦੇ ਬਾਰੇ ਇਹਦੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਕਿ ਜਿਹੜਾ ਇਹਨਾਂ ਦਾ ਕੋਈ ਲਾਈਸੈਂਸ ਸੀਗਾ ਉਸਨੂੰ ਕੈਂਸਲ ਕਰਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ। ਅਤੇ ਜਿਹੜੀ ਵਾਰਦਾਤ ਕਰਨ ਤੋਂ ਬਾਅਦ ਜਿਸ ਗੱਡੀ 'ਚ ਭੱਜੇ ਸੀਗੇ PB-10 ਨੰਬਰ ਦੀ ਵਰਨਾ ਗੱਡੀ ਉਸਨੂੰ ਵੀ ਰਿਕਵਰ ਕੀਤਾ ਜੀ। ਇਸ ਜਦੋਂ ਇਹਨਾਂ ਨੇ ਗੋਲੀ ਚਲਾਈ ਉਸ ਤੋਂ ਬਾਅਦ ਇਹਨਾਂ ਨੇ ਮੌਕੇ ਤੋਂ ਇਹ ਫਰਾਰ ਹੋਏ, ਅਤੇ ਜਿਹੜੀ ਗੱਡੀ 'ਚ ਫਰਾਰ ਹੋਏ ਜੀ ਉਸ ਨੂੰ ਵੀ ਪੁਲਿਸ ਨੇ ਰਿਕਵਰ ਕਰ ਲਿਆ। ਮੈਂ ਤੁਹਾਨੂੰ ਦੱਸਿਆ ਜੀ ਕਿ ਇਹ ਰੈਵਨਿਊ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਰਜਿਸਟਰਡ ਸੀਗਾ ਨਾ ਇਹਦਾ ਅਸਲਾ, ਅਤੇ ਸਾਡੇ ਵੱਲੋਂ ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੱਤੀ ਜਾ ਰਹੀ ਹੈ ਇਸ ਤਰੀਕੇ ਨਾਲ ਸੀਗਾ। ਅਤੇ ਜਿਹੜਾ ਇਹਦਾ ਅਸਲਾ ਕੈਂਸਲ ਕਰਨ ਬਾਰੇ ਵੀ ਸਾਡੇ ਵੱਲੋਂ ਰੈਕਮੈਂਡੇਸ਼ਨ ਹੈ ਜਿਹੜੀ DC ਸਾਹਿਬ ਨੂੰ, ਮਾਨਯੋਗ DC ਸਾਹਿਬ ਨੂੰ ਜਾਣਾ ਵੀ ਲਿਖੀ ਹੈ। ਨਹੀਂ ਦੇਖੋ ਜੀ, ਜਿਹੜੀ ਧਮਕੀ ਦੀ ਕਾਰਵਾਈ ਸੀਗੀ ਉਹਦੇ ਬਾਰੇ ਪੁਲਿਸ ਨੂੰ ਇਸ ਤਰੀਕੇ ਦੀ ਜਾਣਕਾਰੀ ਸੀਗੀ ਕਿ ਕਿੱਥੇ ਪੁਲਿਸ ਮੌਕੇ 'ਤੇ ਪਹੁੰਚੀ ਸੀ, ਪਰ ਕਿਉਂਕਿ ਜਿਹੜਾ ਵੈਪਨ ਰਜਿਸਟਰਡ ਸੀਗਾ ਉਹ ਇਹਦੀ ਵਾਈਫ ਦੇ ਨਾਂ 'ਤੇ ਰਜਿਸਟਰਡ ਸੀਗਾ, ਅਤੇ ਇਸ ਕਰਕੇ ਜਿਹੜੀ ਵੈਪਨ ਦੀ ਡੈਪੋਜੀਸ਼ਨ ਦੀ ਕਾਰਵਾਈ ਸੀਗੀ ਉਹ ਸਾਡੇ ਜ਼ਿਲ੍ਹੇ ਦੀ ਨਹੀਂ ਸੀ ਜੀ। ਇਹਨਾਂ ਕੋਲੋਂ ਦੋ ਵੈਪਨ ਨੇ ਜੀ, ਵੈਪਨ ਇੱਕ 32 ਬੋਰ ਦਾ ਅਤੇ ਇੱਕ 12 ਬੋਰ ਦੀ ਜਿਹੜੀ ਡਬਲ ਬੈਰਲ ਗਨ ਹੁੰਦੀ ਹੈ, ਦੋਨੋਂ ਲਾਈਸੈਂਸੀ ਸੀਗੇ, ਅਤੇ ਨਾਲ ਜਿਹੜੇ ਖਾਲੀ ਖੋਲ 4 ਅਤੇ ਜਿਹੜੇ ਦੂਜੇ ਰਾਊਂਡ ਨੇ 6 ਜਿਹੜੀ ਡਬਲ ਬੈਰਲ ਗਨ ਉਹ ਦੋਨੋਂ ਰਿਕਵਰ ਕੀਤੇ ਨੇ। ਅਤੇ ਨਾਲ ਹੀ ਜਿਹੜੀ ਜਿਹੜਾ ਜਿਸ ਗੱਡੀ ਦੇ ਫਰਾਰ ਹੋਏ ਸੀਗੇ ਅਤੇ ਜਿਸ ਗੱਡੀ ਦੇ ਵਿੱਚ ਇਹਨਾਂ ਦੇ ਵੈਪਨ ਸੀਗੇ ਮੌਕੇ ਦੇ ਦੌਰਾਨ ਉਹਨੂੰ ਵੀ ਰਿਕਵਰ ਕੀਤਾ।